1984 ਚ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਅਟੈਕ ਨੂੰ 35 ਸਾਲ ਹੋ ਚੁੱਕੇ ਨੇ। ਹਰ ਸਾਲ ਸ਼ਹੀਦ ਸਿੰਘਾਂ ਦੀ ਯਾਦ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਵਾਏ ਜਾਂਦੇ ਨੇ। ਇਸੇ ਤਰ੍ਹਾਂ ਇਸ ਵਾਰ ਵੀ ਪਾਠ ਰਖਵਾਏ ਗਏ ਤੇ ਅੱਜ ਪਾਠ ਦੇ ਭੋਗ ਪਾਏ ਜਾਣਗੇ, ਜਿਸ ਦੌਰਾਨ ਗੁਰਦੁਆਰਾ ਸਾਹਿਬ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ। ਪ੍ਰੇਮ ਵਿਸ਼ੋਹਾ ਕਹੀ ਸੋ ਅੱਠੇ ਪਹਿਲਵਾਨ ਸੁਤਰੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਜੀ ਦਾ ਗਨ ਰਤਨਾ ਨਾਮ ਉਚਾਰਨੇ ਮ੍ਰਿਗ ਕਿਸਨਾ ਪੇਟ ਪੁੱਟਣੇ ਮੁੱਠੇ ਨਗਰ ਚੰਦਰਾ ਜਿਮੀ ਨਾਨਕ ਸੇ ਉਪਰੇ ਜਿਨਾ ਭਾਗ ਮਥਾਰੀ ਸੁਪਰੇ ਦੁਖੀ ਸਵਾਨ ਜੋ ਰਤੇ ਸਹ ਪ੍ਰੇਮ ਵਿਸ਼ੋਹਾ ਕਹੀ ਸੋ ਅੱਠੇ ਪਹਿਲਵਾਨ ਸੁਤਰੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਜੀ ਦਾ ਗਨ ਰਤਨਾ ਨਾਮ ਉਚਾਰਨੇ ਮ੍ਰਿਗ ਕਿਸਨਾ ਪੇਟ ਪੁੱਟਣੇ ਮੁੱਠੇ ਨਗਰ ਚੰਦਰਾ ਜਿਮੀ